ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਜ਼ੀ ਖਬਰ ਆਈ ਹੈ ਅਮਰੀਕਾ ਦੇ ਵਿੱਚ ਵੀ ਇੱਥੇ ਇੱਕ ਕਾਂਗਰਸਮੈਨ ਦੀ ਗੋਲੀ ਵੱਜੀ ਆ। ਖੈਰ, ਅਮਰੀਕਾ ਦੁਨੀਆ ਦਾ ਮੇਰੇ ਹਿਸਾਬ ਨਾਲ ਪਹਿਲਾ ਦੇਸ਼ ਆ ਜਿਹੜਾ ਦੇਸ਼ ਜਦੋਂ ਬਣਿਆ ਇਹਨਾਂ ਦੇ ਪਹਿਲੇ ਪ੍ਰਧਾਨ ਮੰਤਰੀ ਪਹਿਲੇ ਬੰਦੇ 'ਤੇ ਗੋਲੀ ਵੱਜੀ, ਬਾਅਦ 'ਚ ਕਈ ਪ੍ਰਧਾਨ ਮੰਤਰੀਆਂ ਦੇ ਇਹਨਾਂ ਦੀ ਗੋਲੀ ਵੱਜੀ ਆ। ਖੈਰ, ਵਿਸ਼ਾ ਇਹਦੇ ਨਾਲ ਰਿਲੇਟਡ ਆ ਪਰ ਫਿਊਚਰ ਦੇ ਲਈ ਆ। ਜੇ ਕੱਲ੍ਹ ਨੂੰ ਖਾਲਿਸਤਾਨ ਬਣਦਾ ਕੀ ਗਰੰਟੀ ਆ ਵੀ ਜਿਹੜਾ ਆਪਣਾ ਲੀਡਰ ਆਪਾਂ ਚੁਣਾਂਗੇ, ਜਿਹੜਾ ਆਪਣਾ ਸੇਵਾਦਾਰ ਹੋਊਗਾ ਖਾਲਿਸਤਾਨ ਦੇਸ਼ ਦਾ, ਕੀ ਗਰੰਟੀ ਆ ਵੀ ਉਹਦੀ ਅਸੈਸੀਨੇਸ਼ਨ ਨਹੀਂ ਹੋਊਗੀ, ਵੀ ਖਾਲਿਸਤਾਨ ਦੀ ਜਿਹੜੀ ਸਿਕਿਉਰਿਟੀ ਆ, ਖਾਲਿਸਤਾਨ ਦਾ ਜਿਹੜਾ ਡਿਫੈਂਸ ਆ, ਜਿਹੜਾ ਉਹਦਾ ਪ੍ਰੋਸਪੈਰਿਟੀ ਆ, ਵੀ ਕੀ ਗਰੰਟੀ ਆ ਵੀ ਖਾਲਿਸਤਾਨ 'ਚ ਜਿਹੜਾ ਪਹਿਲਾ ਪ੍ਰਧਾਨ ਮੰਤਰੀ ਹੋਊਗਾ ਜਾਂ ਖਾਲਿਸਤਾਨ ਦਾ ਜਿਹੜਾ ਪਹਿਲਾ ਕਿੰਗ ਹੋਊਗਾ ਜਾਂ ਆਪਣਾ ਕੌਮ ਦਾ ਆਪਾਂ ਲੀਡਰ ਚੁਣਾਂਗੇ, ਆਪਣਾ ਜਿਹੜਾ ਆਪਣਾ ਵੀਰ ਹੋਊਗਾ ਜਿਹੜਾ ਆਪਾਂ ਨੂੰ ਲੀਡ ਕਰੂਗਾ ਲੀਡਰ, ਕੀ ਗਰੰਟੀ ਆ ਵੀ ਉਹਦੀ ਅਸੈਸੀਨੇਸ਼ਨ ਨਹੀਂ ਹੋਊਗੀ। ਜਿਹੜਾ ਬੰਦਿਆਂ ਨੇ ਸੰਤਾਂ ਦੇ ਪਿੱਠ 'ਤੇ ਛੂਰਾ ਮਾਰਿਆ, ਜਿਹਨਾਂ ਬੰਦਿਆਂ ਨੇ ਗੁਰੂ ਦੇ ਛਾਤੀ 'ਤੇ ਛੂਰਾ ਮਾਰ ਕੇ, ਸੰਤਾਂ ਦੇ ਪਿੱਠ ਵਿੱਚ ਜਿਹਨਾਂ ਨੇ ਛੂਰਾ ਮਾਰਿਆ ਅਤੇ ਜਿਹੜੇ ਗੁਰੂ ਦੇ ਛਾਤੀ ਦੇ ਉੱਤੇ ਜਿਹਨਾਂ ਨੇ ਵਾਰ ਕੀਤਾ, ਉਹ ਅੱਜ ਵੀ ਜਿਉਂਦੇ ਆ ਅਤੇ ਉਹ ਅੱਜ ਵੀ ਆਪਣੀਆਂ ਕੁਰਸੀਆਂ ਸਾਂਭ ਕੇ ਬੈਠੇ ਆ। ਇੱਥੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਿਆ ਹੈ, ਕਾਫੀ ਕੁਛ ਸਿੱਖਣ ਨੂੰ ਮਿਲਿਆ ਹੈ ਨਾ। ਜਿਹੜੇ ਮੇਰੇ ਵੀਰ ਪੂਰੀ ਦੁਨੀਆ ਵਿੱਚ ਜਿਹੜੇ ਲੀਡਰ ਬਣਨਾ ਚਾਹੁੰਦੇ ਆ ਜਾਂ ਉੱਦਾਂ ਉਹਨਾਂ ਨੂੰ ਲੱਗਦਾ ਵੀ ਉਹ ਸ਼ਾਇਦ ਮੋਹਰੀ ਹੋਣ ਕੌਮ ਦੇ, ਜਾਂ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਗੱਲ ਕੌਮ ਸੁਣੇ, ਹਾਲਾਂਕਿ ਆਪਣੀ ਕੌਮ ਦੇ ਵਿੱਚ ਕਿੰਨੇ ਵੀਰ ਆ ਜਿਹੜੇ ਇੰਨੇ ਜ਼ਿਆਦਾ ਇੰਟੈਲੀਜੈਂਟ, ਇੰਨੇ ਜ਼ਿਆਦਾ ਸੋਹਣੀਆਂ ਗੱਲਾਂ, ਇੰਨੇ ਜ਼ਿਆਦਾ ਉਹਨਾਂ ਦੀ ਕਿਰਪਾ ਵਾ, ਇੰਨੇ ਵਧੀਆ ਜੋ ਅਕਾਲ ਪੁਰਖ ਉਹਨਾਂ ਨੂੰ ਕਹਿੰਦਾ ਵਾ ਉਹ ਕੌਮ 'ਚ ਦੱਸਦੇ ਆ। ਦੁਨੀਆ ਦੇ ਵਿੱਚ ਕਾਫੀ ਸਿੱਖ ਵੀਰ ਭੈਣ ਭਰਾ ਵਾ ਜਿਹੜੇ ਜਿਨ੍ਹਾਂ 'ਤੇ ਅਕਾਲ ਪੁਰਖ ਦੀ ਕਿਰਪਾ ਵਾ, ਜਿਨ੍ਹਾਂ ਨੇ ਗੁਰੂ ਦੇ ਸਿਧਾਂਤ 'ਤੇ ਜ਼ਿੰਦਗੀ ਜਿਉਣ ਡੇ ਆ, ਉਹਨਾਂ 'ਤੇ ਬੜੀ ਕਿਰਪਾ ਵਾ। ਬਹੁਤ ਸੋਹਣੀ, ਬਹੁਤ ਵਧੀਆ ਗਿਆਨ ਦੀ ਗੱਲ ਕਰਦੇ ਆ ਵੀ ਆਪਣੀ ਇੱਕ ਕੌਮ ਦਾ ਵਰਗ ਆ ਜਿਹੜਾ PTC ਚੈਨਲ ਦੇਖਦਾ 24 ਘੰਟੇ, PTC ਚੈਨਲ ਖਬਰਾਂ ਖੁਬਰਾਂ ਜੇ ਵੋ ਲਟਰ ਪਟਰ ਜੋ ਕੰਜਰਖਾਨਾ ਆਉਂਦਾ TV 'ਤੇ ਸੁਣਦਾ। ਆਪਣੀ ਕੌਮ ਦੇ ਜਿਹੜਾ ਜਵਾਨ ਵਰਗ ਆ ਨਾ, ਉਹ ਹਰੇਕ ਭੈਣ ਦੀ ਅਤੇ ਵੀਰ ਦੀ ਗੱਲ ਸੁਣਦਾ ਫੇਸਬੁੱਕ 'ਤੇ ਵੀ ਇਹ ਵੀਰ ਕੀ ਕਹਿੰਦਾ ਵਾ, ਇਹਦੀ ਸੋਚ ਕਿੱਥੋਂ ਹੋਈ ਆ ਅਤੇ ਕਿ ਇਹ ਕਿੱਦਾਂ ਸਹੀ ਆ। ਸੋ ਅੱਜ ਜਿਹੜੇ ਕਾਂਗਰਸਮੈਨ ਦੀ ਜਿਹੜੀ ਅਸੈਸੀਨੇਸ਼ਨ ਹੋਈ ਆ, ਜਿੱਦਾਂ ਕੈਨੇਡੀ ਦੀ ਹੋਈ ਸੀਗੀ ਜਾਂ ਹੋਰ ਬਾਕੀਆਂ ਦੀ ਹੋਈ ਸੀਗੀ, ਅਤੇ ਗੱਲਾਂ ਬਹੁਤ ਕੁਛ ਹੋਰ ਕੁਛ ਦੱਸਿਆ ਗਿਆ ਹੈਗਾ, ਸੱਚ ਦਾ ਬਿਆਨ ਨਹੀਂ ਹੋਇਆ ਹੈਗਾ। ਮੈਂ ਤਾਂ ਇਹ ਕਹਿਣਾ ਚਾਹੁੰਦਾ ਆਉਣ ਵਾਲਾ ਜਿਹੜਾ ਸਿੱਖ ਕੌਮ ਦਾ ਲੀਡਰ ਹੋਊਗਾ ਉਹਦੀ ਪਿੱਠ 'ਤੇ ਛੂਰਾ ਨਹੀਂ ਵੱਜੂਗਾ, ਇਹ ਤੁਹਾਨੂੰ ਗਰੰਟੀ ਦੇ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਮੈਂ ਇਹ ਗੱਲ ਤਾਂ ਕਰਨ ਡਿਆ ਵਾਂ, ਹਾਲਾਂਕਿ ਦੇਖ ਲਓ ਵੀ 90% ਜਿਹੜੇ ਲੋਕ ਆ ਆਪਣੇ ਪੰਜਾਬੀ ਵੀਰ ਆ, ਜਾਂ ਜਿਹੜੇ ਪੰਜਾਬੀ ਵੀਰ ਜਿਹੜੇ ਬਹੁਤ ਜ਼ਿਆਦਾ ਸਿਆਣੇ ਆ, ਹਾਏ ਉਹ ਇੰਨੇ ਕੁ ਜ਼ਿਆਦਾ ਸਿਆਣੇ ਆ ਨਾ, ਉਹ ਗੁਰੂ ਤੋਂ ਵੀ ਜ਼ਿਆਦਾ ਸਿਆਣੇ ਆ, ਬਹੁਤ ਜ਼ਿਆਦਾ ਸਿਆਣੇ ਆ ਉਹ ਲੋਕ। ਉਹ ਲੋਕ ਇਨਸਾਨੀਅਤ ਦੀ ਜ਼ਿਆਦਾ ਗੱਲ ਕਰਨਾ ਪਸੰਦ ਕਰਦੇ, ਵੀ ਇਨਸਾਨੀਅਤ ਦੀ ਗੱਲ ਕਰੋ, ਵੀ ਧਰਮਾਂ ਧਰਮਾਂ ਦੀ ਗੱਲ ਨਾ ਕਰੋ। ਪਰ ਇਹ ਥੋਥੂਆਂ ਨੂੰ ਇਹ ਨਹੀਂ ਪਤਾ ਜਿਹੜਾ ਇਨਸਾਨ ਦੂਜੇ ਇਨਸਾਨ ਦਾ ਬਲਤਕਾਰ ਕਰਦਾ ਉਹ ਵੀ ਇਨਸਾਨ ਹੀ ਆ, ਹਰਕਤ ਤਾਂ ਉਹਦੀ ਕੁੱਤਿਆਂ ਵਾਲੀ ਆ, ਹਰਕਤ ਤਾਂ ਉਹਦੀ ਇਹੋ ਹੀ ਆ ਵੀ ਉਹਦਾ ਐਂ ਗਾਟਾ ਲਾਹ ਦੇਣਾ ਚਾਹੀਦਾ ਵੀ ਬਾਲੀ ਦੂਜੀ ਗੱਲ ਕਰਨੀ ਨਹੀਂ ਚਾਹੀਦੀ। ਜਿਹੜਾ ਬੰਦਾ ਬਲਤਕਾਰ ਕਰਦਾ ਨਾ ਉਹਦਾ ਗਾਟਾ ਲਾਹ ਦੇਣਾ ਚਾਹੀਦਾ ਵੀ ਦੂਜੀ ਗੱਲ ਨਹੀਂ ਕਰਨੀ ਚਾਹੀਦੀ। ਇਹ ਪੰਜਾਬੀ ਵੀਰ ਦੇਖ ਲਓ ਵੀ ਇਹਨਾਂ ਦਾ ਐਡਾ ਥੋਥਾ ਦਿਮਾਗ ਆ, ਇਹਨਾਂ ਨੂੰ ਲੱਗਦਾ ਵੀ ਆਪਣਾ ਘਰ ਹੋਣਾ ਚਾਹੀਦਾ ਵੀ ਜਿਹਦੇ ਵਿੱਚ ਮੇਰਾ ਟੱਬਰ ਮਾਂ ਬਾਪ ਭੈਣ ਭਰਾ ਸਾਰੇ ਜਣੇ ਰਲ ਕੇ ਰਹਿਣ, ਵੀ ਆਪਣਾ ਘਰ ਜ਼ਰੂਰੀ ਆ ਹੋਣਾ ਚਾਹੀਦਾ। ਜਿੱਦਾਂ ਅਮਰੀਕਾ ਵਾਲੇ ਲੋਕ ਸਮਝਦੇ ਆ ਵੀ ਸਾਡਾ ਘਰ ਹੈਗਾ ਅਮਰੀਕਾ ਸਾਡਾ, ਰਸ਼ੀਆ ਵਾਲੇ ਕਹਿੰਦੇ ਆ ਰਸ਼ੀਆ ਸਾਡਾ, ਹਿੰਦੂ ਲੋਕ ਕਹਿੰਦੇ ਆ ਹਿੰਦੁਸਤਾਨ ਸਾਡਾ, ਪਾਕਿਸਤਾਨ ਕਹਿੰਦੇ ਆ ਪਾਕਿਸਤਾਨ ਸਾਡਾ। ਮੇਰੇ ਵੀਰੋ, ਜਿਹੜੇ ਪੰਜਾਬੀ ਗਾਣੇ ਆ ਨਾ, ਜਿਹੜੇ 3 ਮਿੰਟ ਦਾ ਗਾਣਾ ਵਾ, ਇਹ 3 ਮਿੰਟ ਦੇ ਗਾਣੇ ਨੇ ਨਾ ਕਾਫੀ ਲੋਕਾਂ ਦੇ ਬੜੀਆਂ ਚਪੇੜਾਂ ਵੀ ਮੁਆਈਆਂ ਵਾ, ਅਤੇ ਕਈਆਂ ਨੇ ਆ 3 ਮਿੰਟ ਦੇ ਗਾਣੇ ਦੇ ਪਿੱਛੇ ਬਹੁਤ ਜਾਨ ਦਿੱਤੀਆਂ, ਬੜੀਆਂ ਜਾਨਾਂ ਦਿੱਤੀਆਂ।
ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਲੋਕੀ ਆਤਮ ਹੱਤਿਆ ਕਰਦੇ ਆ ਗਾਣਿਆਂ ਕਰਕੇ, ਕਿਉਂਕਿ ਕੋਈ ਉਹਨੂੰ ਲੱਗਦਾ ਖਰੇ ਉਹ ਉਹਨੂੰ ਪਿਆਰ ਨਹੀਂ ਕਰਦਾ, ਉਹ ਉਹਨੂੰ ਪਿਆਰ ਨਹੀਂ ਕਰਦਾ। ਪਰ ਤੁਸੀਂ ਆਉਣ ਵਾਲਾ ਖਾਲਸਾ ਰਾਜ ਤੁਸੀਂ ਆਪਣੀ ਅੱਖਾਂ ਨਾਲ ਆਪ ਦੇਖੋਗੇ, ਐਂ ਦੀਦਾਰ ਕਰੋਗੇ ਅੱਖਾਂ ਨਾਲ, ਤੁਸੀਂ ਆਪਣੇ ਅੱਖਾਂ ਦੇ ਨਾਲ ਖਾਲਸੇ ਦਾ ਐਂ ਚੜ੍ਹਦੀ ਕਲਾ ਰੂਪ ਖਾਲਸੇ ਦਾ ਦੀਦਾਰ ਕਰੋਗੇ। ਖਾਲਸਾ ਪ੍ਰਗਟ ਹੁੰਦਾ ਪੂਰੀ ਦੁਨੀਆ ਦੇ ਵਿੱਚ, ਹਰੇਕ ਦੇਸ਼ ਦੇ ਵਿੱਚ। ਅਸੀਂ ਖਾਲਸਾ ਨੇ ਮਾੜਾ ਕੁਛ ਨਹੀਂ ਕਰਨਾ, ਅਸੀਂ ਬਦਨਾਮ ਫੇਰ ਵੀ ਹੋਣਾ ਵਾ। ਜੇ ਬਣਨ ਵਾਲੇ ਖਾਲਿਸਤਾਨ ਦਾ ਪਹਿਲਾ ਲੀਡਰ ਜੇ ਅਸੈਸੀਨੇਟ ਹੁੰਦਾ ਵਾ, ਉਹ ਜਿਹੜਾ ਖਾਲਿਸਤਾਨ ਹੋਊਗਾ ਨਾ, ਉਹ ਇਹੋ ਜਿਹਾ ਖਾਲਿਸਤਾਨ ਹੋਊਗਾ ਵੀ ਜਿੱਦਾਂ ਹੁੰਦਾ ਨੀ ਪਾਕਿਸਤਾਨ, ਪਾਕਿਸਤਾਨ ਆਜ਼ਾਦ ਹੋਇਆ ਇਹ 'ਚ ਪਤਾ ਨਹੀਂ ਲੱਗਦਾ ਕਿਹੜਾ ਅੱਤਵਾਦੀ ਆ ਗਿਆ, ਕਿਹੜੇ ਬੱਚੇ ਨੂੰ ਮਾਰ ਜਾਂਦਾ ਉੱਥੇ, ਰੋਜ਼ ਬੱਚੇ ਮਰਦੇ ਆ। ਕੀ ਉਹਨਾਂ ਨੇ ਇਹੋ ਜਿਹਾ ਸੁਪਨਾ ਲਿਆ ਸੀਗਾ ਵੀ ਪਾਕਿਸਤਾਨ ਇਹੋ ਜਿਹਾ ਹੋਊਗਾ? ਸੋ ਆਪਾਂ ਨੂੰ ਕੰਮ ਬਹੁਤ ਕਰਨ ਵਾਲੇ ਪਏ ਆ, ਬੜਾ ਪੜ੍ਹਨ ਵਾਲਾ, ਬੜਾ ਗਿਆਨ ਹਾਸਲ ਕਰਨ ਦੀ ਲੋੜ ਹੈ ਆਪਾਂ ਨੂੰ, ਹਲੇ ਬਹੁਤ ਕੁਛ ਕਰਨ ਦੀ ਲੋੜ ਆ। ਮੈਂ ਸਰ ਆਪਣੇ ਖੜਕੂ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹੈਗਾ ਵੀ ਆਪਾਂ ਇਹ ਨਹੀਂ ਹੋਣ ਦੇਣਾ, ਖਾਲਿਸਤਾਨ ਦਾ ਕੋਈ ਲੀਡਰ ਅਸੈਸੀਨੇਟ ਨਹੀਂ ਹੋਊਗਾ। ਅਤੇ ਜਿਹੜੇ ਵੀਰਾਂ ਨੇ ਮੇਰੀ ਗੱਲ ਸੁਣ ਕੇ ਹੱਸਣਾ ਵੀ ਕਹਿਣਾ ਵੀ ਦੇਸ਼ ਤਾਂ ਬਣਿਆ ਨਹੀਂ ਅਤੇ ਇਹ ਚੱਕਿਆ ਸੁਪਨੇ ਲੈਣ ਡਿਆ, ਦੁਨੀਆ ਦਾ ਜੇ ਅੱਜ ਸਭ ਤੋਂ ਤਕੜਾ ਦੇਸ਼ ਹੈਗਾ ਜਿਹੜਾ ਅਮਰੀਕਾ, ਅਮਰੀਕਾ ਨੂੰ ਬਣਾਉਣ ਵਾਲੇ ਜਿਹਨਾਂ ਲੋਕਾਂ ਦਾ ਸੁਪਨਾ ਹੈਗਾ ਵੀ ਅਮਰੀਕਾ ਆਪਾਂ ਦੇਸ਼ ਇੱਦਾਂ ਦਾ ਬਣਾਉਣਾ, ਉਹਨਾਂ ਦੀ ਗਿਣਤੀ 10 ਲੋਕਾਂ ਤੋਂ ਵੱਧ ਨਹੀਂ ਸੀਗੀ। ਇਹ ਮੈਨੂੰ ਲੱਗਦਾ ਮੇਰਾ ਗਿਆਨ ਆ, ਸ਼ਾਇਦ ਮੇਰਾ ਗਿਆਨ ਗਲਤ ਵੀ ਹੋ ਸਕਦਾ, ਜੇ ਮੇਰਾ ਗਿਆਨ ਗਲਤ ਹੋਇਆ ਤਾਂ ਥੱਲੇ ਕਮੈਂਟ ਜ਼ਰੂਰ ਕਰਿਓ, ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹੂੰਗਾ। ਜਿਹਨਾਂ ਨੇ ਅਮਰੀਕਾ ਬਣਾਇਆ ਨਾ, ਉਹ ਲੋਕ 10 ਜਾਣਿਆਂ ਤੋਂ ਵੱਧ ਨਹੀਂ ਸੀ। ਅਤੇ ਅੱਜ 200 ਤੋਂ ਵੱਧ ਸਾਲ ਹੋ ਗਏ ਅਮਰੀਕਾ, ਜੇ ਆਪਾਂ ਪੁੱਛੀਏ ਅਮਰੀਕਾ ਦੀ ਉਮਰ ਕਿੰਨੀ ਹੋਈ ਆ, 200 ਤੋਂ ਉੱਪਰ ਟੱਪ ਗਿਆ ਵਾ, 200 ਸਾਲ ਹੋ ਗਏ ਅਮਰੀਕਾ ਦਾ, 200 ਸਾਲ ਪੁਰਾਣਾ ਅਮਰੀਕਾ ਵਾ। ਅੱਜ ਇੱਥੇ ਬੱਚੇ ਜੰਮਣ ਡਏ ਆ ਜਿਹੜੇ ਨਾ, ਜਿਹੜੇ ਜਿਹੜੇ ਕੁੜੀ ਜਾਂ ਬੱਚੇ ਜੰਮਦੇ ਆ ਜਾਂ ਮੁੰਡਾ ਜੰਮਦਾ ਜਾਂ ਕੁੜੀ ਜੰਮਦੀ ਆ, ਜਿਹੜੇ 7-8 ਸਾਲ ਦੇ ਆ, ਉਹ ਕਹਿੰਦੇ ਆ ਵੀ ਮੈਨੂੰ ਜੰਮਣਾ ਮੁੰਡਾ ਚਾਹੀਦਾ ਸੀਗਾ ਪਰ ਰੱਬ ਨੇ ਮੈਨੂੰ ਕੁੜੀ ਜੰਮਤਾ। ਜੇ ਕੁੜੀ ਜੰਮਦੀ ਆ, ਕੁੜੀ ਕਹਿੰਦੀ ਆ ਵੀ ਮੈਨੂੰ ਰੱਬ ਨੇ ਮੁੰਡਾ ਜੰਮਣਾ ਚਾਹੀਦਾ ਸੀਗਾ, ਮੈਂ ਕੁੜੀ ਜੰਮ ਪਈ ਹਾਂ। ਅਤੇ ਜਿਹੜੀ ਉਸ ਬੱਚਿਆਂ ਦੀ ਮਾਂ ਪਿਓ ਆ ਨਾ, ਜਿਹੜੀ ਮਾਂ ਵਾ ਜਾਂ ਜਿਹੜਾ ਬਾਪ ਆ, ਉਹ ਵੀ ਉਸ ਬੱਚੇ ਦੇ ਹੱਕ ਦੇ ਵਿੱਚ ਆ, ਹਾਂ ਵੀ ਤੂੰ ਸਹੀ ਆ, ਵੀ ਤੈਨੂੰ ਲੱਗਦਾ ਵੀ ਤੈਨੂੰ ਮੁੰਡਾ ਹੋਣਾ ਚਾਹੀਦਾ ਸੀਗਾ, ਤੂੰ ਵਾਕਈ ਮੁੰਡਾ ਵਾਂ, ਜਾਂ ਤੈਨੂੰ ਕੁੜੀ ਹੋਣਾ ਚਾਹੀਦਾ ਸੀਗਾ, ਰੱਬ ਨੇ ਤੈਨੂੰ ਕੁੜੀ ਬਣਾ ਕੇ ਭੇਜਤਾ ਜਾਂ ਮੁੰਡਾ ਬਣਾ ਕੇ ਭੇਜਤਾ, ਵੀ ਇਹ ਰੱਬ ਦੀ ਗਲਤੀ ਆ, ਕੋਈ ਗੱਲ ਨਹੀਂ, ਵੀ ਆਪਾਂ ਜਿਹੜਾ ਵੱਢ ਵਢਾਂਗਾ ਕਰਨਾ ਸਰੀਰ ਦਾ ਅੰਗ ਦਾ ਉਹ ਕਰਕੇ ਅਤੇ ਆਪਾਂ ਤੈਨੂੰ ਕੁੜੀ ਬਣਾ ਦਾਂਗੇ ਜਾਂ ਤੈਨੂੰ ਮੁੰਡਾ ਬਣਾ ਦਾਂਗੇ। ਹਾਲਾਂਕਿ ਜਿਹੜਾ ਅਮਰੀਕਾ ਦਾ ਇੱਕ ਪਤਾ ਨਹੀਂ ਉਹ ਜੰਮਿਆ ਮੁੰਡਾ ਸੀਗਾ ਕਿ ਕੁੜੀ ਸੀਗਾ, ਖੈਰ ਉਹਨੇ ਯੂਨੀਵਰਸਿਟੀਆਂ ਵਿੱਚ ਜਾ ਕੇ ਸਪੀਚਾਂ ਦਿੱਤੀਆਂ, ਇੰਸਪਾਇਰ ਕੀਤਾ ਲੋਕਾਂ ਨੂੰ, ਬੱਚਿਆਂ ਨੂੰ। ਥੋੜ੍ਹਾ ਜਿਹਾ ਨਾ ਖਿਆਲ ਨਾਲ ਸੋਚਿਓ, ਥੋੜ੍ਹਾ ਦਿਮਾਗ ਲਾ ਕੇ ਸੋਚਿਓ, ਸ਼ਾਇਦ ਮੈਂ ਗਲਤ ਹੋ ਸਕਦਾ, ਜੇ ਮੈਂ ਗਲਤ ਹਾਂ ਤਾਂ ਮੈਨੂੰ ਦੱਸਿਆ ਜ਼ਰੂਰ, ਮੈਂ ਆਪਣੀ ਗਲਤੀ ਮੰਨਣ ਨੂੰ ਤਿਆਰ ਹਾਂ। ਦੇਸ਼ ਆਜ਼ਾਦ ਹੋਏ ਨੂੰ 200 ਤੋਂ ਵੱਧ ਸਾਲ ਹੋ ਗਏ ਆ, ਅੱਜ ਇੱਥੇ ਬੱਚੇ ਜੰਮਣ ਡੇ ਆ ਜਿਹਨਾਂ ਨੂੰ ਲੱਗਦਾ ਵੀ ਉਹ ਸ਼ਾਇਦ ਮੁੰਡੇ ਹੈਗੇ, ਕੁੜੀ ਜੰਮ ਪਏ ਆ, ਜਾਂ ਕੁੜੀ ਸੀਗੇ ਮੁੰਡੇ ਜੰਮ ਪਏ ਆ, ਉਹਨਾਂ ਦੇ ਮਾਂ ਬਾਪ ਵੀ ਉਹਨਾਂ ਨਾਲ ਐਗਰੀ ਆ ਵੀ ਜੇ ਅੰਗ ਵਧਾਉਣਾ ਵਾ ਅੰਗ ਵਧਾਉਂਦੇ ਆ, ਜੇ ਆਹ ਕਰਨਾ ਤਾਂ ਉਹ ਕਰ ਦਿੰਦੇ ਆ, ਜੋ ਜਿੱਦਾਂ ਜ਼ਿੰਦਗੀ ਜੀਣੀ ਹੈ ਜੀਓ। 8 ਸਾਲ ਦਾ, 7 ਸਾਲ ਦਾ, 6 ਸਾਲ ਦਾ ਬੱਚਾ, ਉਹਦੀ ਕੀ ਕੌਂਸ਼ੀਅਸ ਹੁੰਦੀ ਆ, ਉਹਨੂੰ ਕਿੰਨਾ ਕੁ ਗਿਆਨ ਹੁੰਦਾ ਵੀ। ਹਾਲਾਂਕਿ ਜਿਹੜਾ ਬੱਚਾ ਹੁੰਦਾ ਉਹ ਸਿਆਣਾ ਹੁੰਦਾ, ਜਿਹੜਾ 40 ਸਾਲ ਦਾ ਬਜ਼ੁਰਗ ਹੋਵੇ, ਕਿਉਂਕਿ ਉਹ ਹਲੇ ਫਰੈਸ਼ ਪੇਪਰ ਹੁੰਦਾ, ਉਹਦਾ ਫਰੈਸ਼ ਦਿਮਾਗ ਹੁੰਦਾ, ਚੀਜ਼ਾਂ ਕੈਚ ਕਰਨ ਡਿਆ ਹੁੰਦਾ ਦੁਨੀਆਂ ਵਿੱਚ ਆ ਕੇ ਵੀ ਕੀ ਆ ਤਾਂ ਦੁਨੀਆਂ 'ਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਆਹ ਅਮਰੀਕਾ ਦੀ ਆਜ਼ਾਦੀ ਆ ਜਿੱਥੇ ਇੱਕ 6 ਸਾਲ ਦਾ ਬੱਚਾ ਜੰਮਿਆ। ਖੈਰ ਜਿਹੜਾ ਇੱਕ ਇੱਥੇ ਉਹਦਾ ਨਾਂ ਨਹੀਂ ਮੈਨੂੰ ਚੇਤਾ ਆਉਣ ਡਿਆ, ਬੀਬਾ ਦਾ, ਅੱਜ ਕੱਲ੍ਹ ਉਹ ਜਨਾਨੀ ਆ, ਖਰੇ ਉਹ ਜੰਮਿਆ ਬੰਦਾ ਹੈਗਾ ਉਹ। ਉਹਨੇ ਆਪਣਾ 2-3 ਵਾਰੀ ਮੁੰਡੇ ਤੋਂ ਕੁੜੀ ਬਣ ਚੁੱਕੀ ਆ, ਕੁੜੀ ਤੋਂ ਮੁੰਡਾ ਬਣ ਚੁੱਕਾ। 40 ਕੁ ਸਾਲ ਪਹਿਲਾਂ, 30 ਕੁ ਸਾਲ ਪਹਿਲਾਂ, ਜਿੱਦਾਂ ਆਉਣ ਵਾਲੇ ਆ ਲਾਸਟ 3 ਦਹਾਕਿਆਂ ਦੇ ਵਿੱਚ ਉਹਨੇ ਕਾਲਜਾਂ ਵਿੱਚ ਬੜੀਆਂ ਸਪੀਚਾਂ ਦਿੱਤੀਆਂ ਵੀ ਜਿੱਦਾਂ ਜੀਉਣਾ ਚਾਹੁੰਦੇ ਤੁਸੀਂ ਜੀਓ, ਇਹ ਤੁਹਾਡੀ ਇਹ ਫਰੀਡਮ ਹੈ ਅਮਰੀਕਾ 'ਚ, ਇਹ ਫਰੀਡਮ ਆ ਵੀ ਤੁਸੀਂ ਆਪਣੇ ਪਿਓ ਦੇ ਚਪੇੜ ਮਾਰੋ, ਮਾਂ ਦੇ ਚਪੇੜ ਮਾਰੋ, ਆਪਣੀ ਭੈਣ ਦੇ ਨਾਲ ਬਦਤਮੀਜ਼ ਕਰੋ, ਆਪਣੀ ਭੈਣ ਦੇ ਨਾਲ ਸੋਵੋ, ਇਹ ਅਮਰੀਕਾ ਵਾ, ਇਹ ਫਰੀਡਮ ਆ, ਇਹ ਫਰੀਡਮ ਆ, ਤੁਸੀਂ ਜੋ ਮਰਜ਼ੀ ਕਰੋ, ਜਿਹਨੂੰ ਮਰਜ਼ੀ ਜੋ ਮਰਜ਼ੀ ਕਰੋ। ਹਾਲਾਂਕਿ ਜਿਹੜੇ ਪੰਜਾਬੀ ਵੀਰ ਜਿਹੜੇ ਅਮਰੀਕਾ 'ਚ ਜਾਂ ਵੱਖਰੇ ਵੱਖਰੇ ਦੇਸ਼ਾਂ 'ਚ ਕੰਮ ਕਰਦੇ ਆਪਣੇ ਮਾਂ ਬਾਪ ਤੋਂ ਦੂਰ,
ਉਹਨਾਂ ਦੇ ਮਾਂ ਬਾਪ ਉੱਥੇ ਫੋਨ 'ਤੇ ਕਹਿਣ ਨਾ ਵੀ ਪੁੱਤ ਆਹ ਕੰਮ ਨਹੀਂ ਹੋਣਾ ਚਾਹੀਦਾ, ਇਹ ਜੁਰਤ ਆ ਉਹ ਬੰਦੇ ਪੰਜਾਬੀ ਦੀ, ਪੰਜਾਬ ਦੇ ਪੁੱਤ ਦੀ ਕੋਈ ਜੁਰਤ ਆ ਵੀ ਉਹ ਗਲਤ ਕੰਮ ਕਰ ਜਾਵੇ, ਆਪਣੇ ਮਾਂ ਪਿਓ ਦੇ ਖਿਲਾਫ ਚੱਲ ਜਾਵੇ। ਇਹ ਅਮਰੀਕਾ ਦੀ ਆਜ਼ਾਦੀ ਆ ਇਹ, ਜਿੱਥੇ 7 ਸਾਲ ਦਾ ਬੱਚਾ ਜੰਮਦਾ, ਜੰਮਿਆ ਬੱਚਾ ਕਹਿੰਦਾ ਵੀ ਮੈਨੂੰ ਸ਼ਾਇਦ ਕੁੜੀ ਹੋਣਾ ਚਾਹੀਦਾ, ਮੁੰਡਾ ਹੋਣਾ ਚਾਹੀਦਾ ਹੈਗਾ। ਜਦੋਂ ਤੁਸੀਂ ਦੇਖੋਗੇ ਨਾ ਉਹ ਛੋਟਾ ਬੱਚੇ ਦੀ ਸੁਸਾਇਟੀ ਕੀ ਆ, ਉਹ ਛੋਟਾ ਬੱਚਾ ਕਿੱਦਾਂ ਪਲਿਆ, ਉਹ ਛੋਟੇ ਬੱਚੇ ਦਿਮਾਗ 'ਚ ਖਿਆਲ ਕਿੱਦਾਂ ਆਇਆ ਵੀ ਉਹ ਸ਼ਾਇਦ ਕੁੜੀ ਹੋਵੇ ਜਾਂ ਮੁੰਡਾ ਹੋਵੇ, ਜਿਹਨਾਂ ਦੇ ਨਾਲ ਰਹਿੰਦਾ ਵਾ ਉਹ। ਅਤੇ ਜਿਹੜੇ ਬੱਚੇ ਇੱਥੇ ਸੈਕਸ਼ੂਅਲ ਅਸਲਟ ਹੁੰਦੇ ਆ ਜਿਹੜੇ, ਉਹਦੀ ਜਿਹੜੀ ਗਿਣਤੀ ਆ ਉਹ 10,000 ਤੋਂ ਵੱਧ ਆ ਹਰੇਕ ਸਟੇਟ ਦੇ ਵਿੱਚ। 10,000 ਤੋਂ ਵੱਧ ਹਰੇਕ ਸਟੇਟ ਦੇ ਵਿੱਚ ਬੱਚਿਆਂ ਦਾ ਸੈਕਸ਼ੂਅਲ ਅਸਲਟ ਹੁੰਦਾ ਵਾ, ਅਤੇ ਉਹਨਾਂ ਦੀ ਕੋਈ ਕੰਪਲੇਂਟ ਨਹੀਂ ਕੀਤੀ ਜਾਂਦੀ। ਇਹ ਆਜ਼ਾਦੀ ਆ, ਇਹਨਾਂ ਦੀ ਆਜ਼ਾਦੀ ਆ। ਹੌਲੀ ਹੌਲੀ ਪੰਜਾਬੀ ਅਨਪੜ੍ਹ ਵੀਰਾਂ ਨੂੰ ਵੀ, ਜਿਹਨਾਂ ਨੂੰ ਹਮੇਸ਼ਾ ਗਾਣੇ ਹੀ ਯਾਦ ਆਉਂਦੇ ਆ, ਮੂੰਹ ਜਵਾਨੀ ਗਾਣੇ ਯਾਦ ਆ, ਸ਼ਾਇਦ ਜਪਜੀ ਸਾਹਿਬ ਗੁਟਕਾ ਤੋਂ ਵੀ ਨਹੀਂ ਪੜ੍ਹ ਸਕਦੇ ਹੁਣ, ਉੱਦਾਂ ਪੰਜਾਬੀ ਜੇ ਹੀਰ ਰਾਂਝੇ ਦੀਆਂ ਸੱਸੇ ਪੁੰਨੇ ਦੇ ਇੱਦਾਂ ਭੰਬੜ ਭੂਸੇ ਚੰਗੇ ਪੜ੍ਹ ਪੁੜ ਲੈਂਦੇ ਆ। ਹੌਲੀ ਹੌਲੀ ਉਹ ਵੀਰਾਂ ਨੂੰ ਵੀ ਗਿਆਨ ਕਰਾਂਗੇ ਵੀ ਫਰੀਡਮ ਕੀ ਹੁੰਦੀ ਆ, ਆਜ਼ਾਦੀ ਕੀ ਹੁੰਦੀ ਆ। ਉਹ ਤਾਂ ਅਮਰੀਕਾ ਦੀਆਂ ਸਾਫ਼ ਸੜਕਾਂ ਦੇਖ ਕੇ ਦਿਮਾਗ ਖਰਾਬ ਹੋਈ ਹੋਣ ਡਿਆ ਉਹਨਾਂ ਦਾ, ਵੀ ਸਫਾਈ ਦੇਖ ਲਓ ਕਿੰਨੀ ਆ। ਸਫਾਈ ਤਾਂ ਕੁੱਤਾ ਵੀ ਕਰਦਾ ਵਾ ਜਿੱਥੇ ਰਹਿੰਦਾ ਵਾ, ਉਹ ਜਿੱਥੇ ਬਹਿਣ ਲੱਗਦਾ ਨਾ ਉਹ ਵੀ ਸਫਾਈ ਕਰਕੇ ਬਹਿੰਦਾ। ਸੋ ਬੜਾ ਸਫਾਈਆਂ ਦੇਖ ਕੇ ਹੈਰਾਨ ਨਾ ਹੋਵੇ, ਇਹ ਡਿਜ਼ਾਇਨ ਅਮਰੀਕਾ ਆਪਣੇ ਲਈ ਕੀਤਾ ਸੀ ਤਾਂ ਕਿ ਤੁਹਾਡੇ ਮੇਰੇ ਵਰਗੇ ਬੰਦੇ ਆ ਕੇ ਇੱਥੇ ਕੰਮ ਕਰਨ ਕੁੱਤੇ ਵਾਂਗੂ। ਅਤੇ ਜਿਹੜੀ ਬੀਬੀ ਬੀਬਾ ਜਾਂ ਬੰਦਾ ਜਾਂ ਬੰਦੀ ਜੋ ਵੀ ਉਹਨੂੰ ਕਹਿ ਲਓ, ਖੈਰ ਰੱਬ ਉਹਨੂੰ ਚੰਗੀ ਸੇਧ ਦੇਵੇ, ਦਿਮਾਗ ਦੇਵੇ, ਇਨਲਾਈਟਮੈਂਟ ਦੇਵੇ, ਸ਼ਾਇਦ ਉਹਨੂੰ ਵੀ ਦੁਨੀਆਂ ਤੋਂ ਤੁਰਨ ਤੋਂ ਪਹਿਲਾਂ ਹੀ ਸੱਚ ਦਾ ਗਿਆਨ ਮਿਲ ਜਾਵੇ, ਸ਼ਾਇਦ ਉਹਨੂੰ ਸੱਚ ਦਾ ਪਤਾ ਲੱਗ ਜਾਵੇ। ਉਹਦੀ ਹਲੇ ਉਹ ਜਨਾਨੀ ਬਣੀ ਆ ਹੁਣ ਅੱਜ ਕੱਲ੍ਹ, ਉਹਦੀ ਹਲੇ ਲਾਸਟਲੇ ਇੰਟਰਵਿਊ ਆਈ ਲਾਸਟ ਵੀਕ, ਕਹਿੰਦੀ ਸ਼ਾਇਦ ਮੈਨੂੰ ਵਾਪਸ ਮੁੰਡਾ ਬਣਨਾ ਚਾਹੀਦਾ ਵਾ। ਵੀ ਖੁੱਲ੍ਹਾ ਪੈਸਾ ਵਾ ਇੱਥੇ, ਜੋ ਮਰਜ਼ੀ ਕਰੋ, ਮਾਂ ਬਾਪ ਕੋਲ ਟਾਈਮ ਹੈ ਨਹੀਂ ਇੱਥੇ ਬੱਚਿਆਂ ਨੂੰ ਸਾਂਭਣ ਦੇ ਲਈ, ਬੱਚਿਆਂ ਨੂੰ ਟੀ ਵੀ ਰੇਸ ਕਰਨ ਡਿਆ ਵਾ ਵੀ ਟੀ ਵੀ ਵੱਡਾ ਕਰਨ ਡਿਆ ਬੱਚਿਆਂ ਨੂੰ, ਵੀ ਆਹ ਪੁੱਤ ਤੈਨੂੰ ਮੈਂ ਦੱਸਦਾ ਮਾਂ ਤੇਰੀ ਬਿਜ਼ੀ ਆ, ਪਿਓ ਤੇਰਾ ਬਿਜ਼ੀ ਆ, ਮੈਂ ਤੈਨੂੰ ਵੱਡਾ, ਮੈਂ ਤੈਨੂੰ ਗਿਆਨ ਦਿੰਦਾ। ਅਤੇ ਆਹ ਹੀ ਅੱਜ ਆਪਣੀ ਅੱਜ ਦੀ ਵੀਡੀਓ ਦੀ ਆਹੀ ਗੱਲਬਾਤ ਸੀਗੀ ਵੀ ਜੋ ਦੇਸ਼ ਬਣਦਾ, ਜੇ ਪਹਿਲਾ ਪ੍ਰਧਾਨ ਮੰਤਰੀ ਠੋਕਿਆ ਜਾਂਦਾ ਤਾਂ ਉਹ ਫਿਰ ਸਾਰਾ ਦੇਸ਼ ਹੀ ਕਿਸੇ ਹੋਰ ਦਾ ਹੋ ਜਾਂਦਾ ਵਾ, ਉਹ ਦੇਸ਼ ਕੌਮ ਦਾ ਨਹੀਂ ਰਹਿੰਦਾ। ਭੁੱਲ ਚੁੱਕ ਕਿਹਾ ਕੁਛ ਕਿਹਾ ਗਿਆ ਹੋਏ ਤਾਂ ਗੁਸਤਾਖੀ ਮਾਫ਼ੀ। ਇਹ ਵੀਡੀਓ ਉੱਦਾਂ ਸਿਰਫ ਖਾੜਕੂਆਂ ਲਈ ਆ, ਮੇਰੇ ਸਿੱਖ ਭੈਣ ਭਰਾ ਵੀਰਾਂ ਦੇ ਲਈ ਆ, ਅਤੇ ਜਿਹੜੇ ਪੰਜਾਬੀ ਵੀਰ ਆ ਜਿਹਨਾਂ ਨੂੰ ਲੱਗਦਾ ਵੀ ਹਾਂ ਵੀ ਇਸ ਤੋਂ ਵੱਧ ਵਧੀਆ ਜ਼ਿੰਦਗੀ ਹੋ ਸਕਦੀ ਆ, ਜਿੱਥੇ ਆਪਾਂ ਨੂੰ ਅਮਰੀਕਾ ਵਿੱਚ ਆ ਕੇ ਬਾਹਰਲੇ ਮੁਲਕਾਂ ਵਿੱਚ ਆ ਕੇ ਆਪਣੇ ਮਾਂ ਬਾਪ ਇੱਥੇ ਗਾਲਾਂ ਖਾਂਦੇ ਆ, ਲੋਕਾਂ ਕੋਲੋਂ ਗੋਰਿਆਂ ਕੋਲੋਂ ਗਾਲਾਂ ਸੁਣਦੇ ਆ, ਕੰਮ ਕਰਦੇ ਆ ਕੰਮ 'ਤੇ ਗਾਲਾਂ ਸੁਣਦੇ ਆ, ਕਿਤੇ ਬਾਹਰ ਸ਼ੋਪਿੰਗ ਕਰਨ ਜਾਂਦੇ ਉੱਥੇ ਗਾਲਾਂ ਸੁਣਦੇ ਆ, ਬੜੀ ਲਾਹਨਤ ਵਾਲੀ ਜ਼ਿੰਦਗੀ ਜਿਉਣ ਡੇ ਆ ਇੱਥੇ ਅਮਰੀਕਾ 'ਚ ਕੈਨੇਡਾ 'ਚ। ਪਰ ਜਿੱਥੇ ਨਫ਼ਰਤ ਕਰਨ ਵਾਲੇ ਲੋਕ ਹੈਗੇ ਉੱਥੇ ਪਿਆਰ ਕਰਨ ਵਾਲੇ ਵੀ ਹੈਗੇ ਆ। ਸੋ ਭੁੱਲ ਚੁੱਕ ਗਲਤੀ ਮਾਫ਼, ਆਉਣ ਵਾਲੇ ਸਿੱਖ ਰਾਜ ਦੀਆਂ ਲੱਖ ਲੱਖ ਵਧਾਈਆਂ, ਗੁਰੂ ਦੀ ਫਤਿਹ ਸਾਂਝੀ ਕਰਦਾ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।